ਪਤਾ ਨਹੀਂ, ਮੈਂ ਤੇ ਨਾਲ ਦੀ ਦੁਕਾਨ ਤੇ ਪੈਸੇ ਫੜਾਣ ਗਿਆ। ਮੈਂ ਤੂੰ ਮੇਰੇ ਅਕਾਊਂਟ ਚ ਪਾ ਦੇ ਲੈ ਕੇ ਆ ਸਫਲ। ਉਧਰੋਂ ਆਏ ਤੇ ਦਾਤਰ ਮਾਲ ਲੱਗੂ ਹੁੰਦਾ। ਹਾਂਜੀ, ਪਤਾ ਨਹੀਂ ਹੁਣ ਇਹਨਾਂ, ਉਹ ਨਾਲ ਦੀ ਉਹਨਾਂ ਨੂੰ ਸਾਰਿਆਂ ਨੂੰ ਪਤਾ। ਜਿਹੜੇ ਨਾਲ ਇੱਕ ਮਨੀਸ਼ ਹੁਣੇ ਆ, ਸਾਰਿਆਂ ਨੂੰ ਪਤਾ ਉਹਨਾਂ ਨੂੰ। ਨਹੀਂ ਮੇਰੀ ਕੋਈ ਨਹੀਂ ਰੰਜਿਸ਼ ਹੈਗੀ। ਪਤਾ ਨਹੀਂ ਹੁਣ ਉਹਨਾਂ ਨੂੰ ਪਤਾ ਲੱਗੂ। ਮੇਰੀ ਭਰਾਪੁਰ ਪੰਪ ਦੇ ਸਾਹਮਣੇ ਮੇਰਾ ਟੈਟੂ ਦਾ ਕੰਮ। ਪਤਾ ਨਹੀਂ ਭਾਜੀ, ਨਹੀਂ ਨਹੀਂ ਲੁੱਟ ਖੋਹ ਨਹੀਂ। ਹਾਂਜੀ ਹਾਂਜੀ, ਮੇਰਾ ਨਾਂ ਸਚਿਨ ਕੁਮਾਰ ਆ। ਕੱਲ ਮੇਰਾ ਮੋਬਾਈਲ ਦਾ ਕੰਮ ਆ। ਕਿਹੜੇ ਰੋਡ ਤੇ? ਮੇਰਾ ਬਰਾਪੁਰ ਰੋਡ ਤੇ। ਕੀ ਗੱਲ ਹੋਈ ਸਰ? ਕੱਲ ਕੋਈ ਨਹੀਂ, ਇਦਾਂ ਹੀ ਅੱਬਾ ਆਪਣਾ ਕੰਮ ਕਰਦੇ ਪਏ ਸੀ। ਜਦੋਂ ਅਣ ਪਛਾਤੇ ਬੰਦੇ ਆਏ, ਮੇਰੇ ਪਛਾਣ 'ਚ ਕੋਈ ਵੀ ਨਹੀਂ ਹੈਗਾ ਕਿ ਕੌਣ ਹੈ। ਸਿੱਧਾ ਉਤਰੇ ਆ ਅਤੇ ਨਾਲ ਮੇਰੇ ਇੱਕ ਹੋਰ ਮੁੰਡਾ ਸੀ ਦੁਕਾਨ ਵਾਲਾ, ਅਤੇ ਉਹ ਸਿੱਧੇ ਆਏ ਅਤੇ ਉਹਨਾਂ ਨੇ ਸਿੱਧਾ ਹੀ ਆਪਣੇ ਦੁਕਾਨ ਤੋਂ ਸਾਰੀ ਭੰਨ ਕੇ ਅਤੇ ਮਾਰਨਾ ਚਾਲੂ ਕਰਤਾ, ਅਤੇ ਉਹ ਸਾਡੀ ਦੁਕਾਨ ਤੋਂ ਸਾਰੀ ਭੰਨ ਗਏ ਮੇਰੇ। ਨਹੀਂ ਰੰਜਿਸ਼ ਕੋਈ ਨਹੀਂ, ਨਾ ਨਾ ਕੋਈ ਨਹੀਂ ਹੈਗੀ, ਕੋਈ ਰੰਜਿਸ਼ ਨਹੀਂ, ਕੋਈ ਕੋਈ ਬਾਤ ਨਹੀਂ। ਹਾਂ ਮੌਕੇ 'ਤੇ ਪੁਲਿਸ ਆਈ, ਉਹਨਾਂ ਵੇਖੀ। ਹਾਂ ਨਹੀਂ ਲੁੱਟ ਖੋਹ ਨਹੀਂ ਕੀਤੀ ਉਹਨਾਂ ਨੇ ਕੋਈ ਵੀ ਲੁੱਟ ਖੋਹ। ਹਾਂ ਆਣ ਕੇ ਉਹਨਾਂ ਮਾਰਨਾ ਚਾਲੂ ਕਰਤਾ, ਬਸ ਨਹੀਂ ਪਹਿਚਾਣ 'ਚ ਨਹੀਂ ਹੈਗਾ। ਹਾਂ ਪੁਲਿਸ ਕੰਪਲੇਂਟ ਕੀਤੀ। ਹਾਂਜੀ, ਅੱਜ ਇੱਕ ਦੋ ਘਟਨਾਵਾਂ ਹੋਈਆਂ ਜਿਹਦੇ ਵਿੱਚ ਇੱਕ ਬਾਟਾ ਚੌਂਕ ਵਿਖੇ ਹੋਈ ਆ। ਉੱਥੇ ਮਨੀਸ਼ ਨਾਂ ਦਾ ਮੁੰਡਾ ਦੁਕਾਨ ਕਰਦਾ ਹੈ, ਆਪਣੇ ਦਰਜੀ ਦੀ ਦੁਕਾਨ ਕਰਦਾ ਹੈ। ਉੱਥੇ ਜਾ ਕੇ ਇਹਨਾਂ ਦੇ ਘਰ ਭੰਨ ਤੋੜ ਕੀਤੀ ਅਤੇ ਇੱਕ ਮੁੰਡੇ ਦੇ ਉੱਥੇ ਸੱਟ ਲੱਗੀ ਹੈ ਜੀ। ਉਸ 'ਤੇ 6:45 ਦੀ ਘਟਨਾ। ਉਸ ਤੋਂ ਬਾਅਦ ਇੱਥੇ ਬ੍ਰਹਮਪੁਰ ਰੋਡ 'ਤੇ ਇੱਕ ਮੋਬਾਈਲਾਂ ਦੀ ਦੁਕਾਨ ਹੈ ਜਿੱਥੇ ਅਮਿਤ ਨਾਂ ਦਾ ਮੁੰਡਾ ਕੰਮ ਕਰਦਾ ਹੈ। ਇੱਥੇ ਵੀ ਇਹਨਾਂ ਨੇ ਭੰਨ ਤੋੜ ਕੀਤੀ ਆਣ ਕੇ ਅਤੇ ਸੱਟਾਂ ਸੁੱਟਾਂ ਲਗਾਈਆਂ। ਬਾਕੀ ਅਸੀਂ ਮੁਕੱਦਮੇ ਦਰਜ ਕਰ ਲਾਂਗੇ। ਫਾਇਰ ਵੀ ਹੋਏ ਇੱਥੇ? ਹਾਂਜੀ, ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਵੀ ਇੱਥੇ ਫਾਇਰ ਹੋਏ। ਬਾਕੀ ਆਪਾਂ ਵੈਰੀਫਾਈ ਕਰ ਰਹੇ ਹਾਂ, ਜੋ ਵੀ ਆ ਕਾਨੂੰਨੀ ਕਾਰਵਾਈ ਸੀ। ਗੋਲੀ ਲੱਗੀ ਤਾਂ ਨਹੀਂ ਕਿਸੇ ਦੇ? ਨਹੀਂ।